ਪੰਜਾਬ ਦੇ ਪੁਲਿਸ ਦਾ ਇੰਟੈਲੀਜੈਂਸ ਹੈੱਡਕੁਆਰਟਰ ਜਿੱਥੇ 7:45 ਮਿੰਟ ਤੇ ਅਟੈਕ ਕੀਤਾ ਗਿਆ ਗੱਡੀ ਦੇ ਵਿੱਚੋਂ ਅਟੈਕ ਹੋਇਆ ਪੰਜਾਬ ਦੀ ਪੁਲਿਸ ਨੂੰ ਸਿੱਧਾ ਚੈਲੰਜ ਸੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਬਹੁਤ ਕੁਝ ਬਿਆਨ ਕਰ ਰਹੀ ਹੈ ਕਿ ਇੱਕ ਫਲੈਸ਼ ਦਿਖਦੀ ਹੈ ਜਦੋਂ ਗੱਡੀ ਦੇ ਵਿੱਚੋਂ ਰਾਕਟ ਨੂੰ ਰਿਲੀਜ਼ ਕੀਤਾ ਗਿਆ ਰਾਕਟ ਨੂੰ ਲਾਂਚ ਕੀਤਾ ਗਿਆ ਤਾਂ ਉਸ ਵੇਲੇ ਜਦੋਂ ਬਾਰੂਦ ਫਟਦਾ ਹੈ ਤਾਂ ਇਸ ਤਰ੍ਹਾਂ ਦੀ ਫਲੈਸ਼ ਹੋਣੀ ਸੁਭਾਵਿਕ ਹੈ ਗੱਡੀ ਦੇ ਵਿੱਚੋਂ ਯਾਨੀ ਕਿ ਕਿੰਨੇ ਵੈਲ ਟ੍ਰੇਨਡ ਉਹ ਬੰਦੇ ਹੋਣਗੇ ਜਿਨ੍ਹਾਂ ਨੇ ਚੱਲਦੀ ਗੱਡੀ ਦੇ ਵਿੱਚੋਂ ਆਰਪੀਜੀ ਮੁੱਖ ਹੈੱਡਕੁਆਟਰ ਤੇ ਛੱਡਿਆ ਇਹ ਮੁੱਖ ਹੈੱਡਕੁਆਟਰ ਜਿੱਥੇ ਸੀਨੀਅਰ ਟੌਪ ਅਫੀਸ਼ੀਅਲ ਅਫਸਰ ਅਸਲ ਬੈਠੇ ਸੀ ਅਕਸਰ ਇੱਥੇ ਬੈਠਿਆ ਕਰਦੇ ਸੀ ਸੋ ਇਹ ਤਸਵੀਰਾਂ ਦੇਖੋ ਤੁਸੀਂ ਐਨੀਮੇਸ਼ਨ ਦੇ ذریعے ਤੁਹਾਨੂੰ ਦਿਖਾਉਣ ਦੀ ਸੀ ਕੋਸ਼ਿਸ਼ ਕਰਦੇ ਆ ਕਿ ਇੱਕ ਚਟੇ ਰੰਗ ਦੀ ਜਿਹੜੀ ਉਹ ਗੱਡੀ ਹੈ ਉਸ ਦੇ ਵਿੱਚੋਂ ਕਿਸ ਤਰ੍ਹਾਂ ਇਹ ਅਟੈਕ ਹੁੰਦਾ ਹੈ RPG ਇੱਕ ਬੜਾ ਖਤਰਨਾਕ ਬਾਰੂਦ ਹੈ ਜਿਸ ਨੂੰ ਵੱਡੇ ਬਲਾਸਟ ਵਿੱਚ ਵਰਤਿਆ ਜਾਂਦਾ ਹੈ ਪਰ ਸੈਕਟਰੀਏਟ ਤੋਂ ਤਕਰੀਬਨ 15 ਕਿਲੋਮੀਟਰ ਦੂਰ ਆ ਪੰਜਾਬ ਬਿਊਰੋ ਇੰਟੈਲੀਜੈਂਸ ਯਾਨਕਿ ਆਈਬੀ ਇੰਟੈਲੀਜੈਂਸ ਬਿਊਰੋ ਪੰਜਾਬ ਪੁਲਿਸ ਦੇ ਵਿੰਗ ਦਾ ਦਫ਼ਤਰ ਹੈ ਜਿੱਥੋਂ ਪੂਰੇ ਪੰਜਾਬ ਦੀ ਇਨਫੋਰਮੇਸ਼ਨ ਇਕੱਤਰਤ ਹੁੰਦੀ ਹੈ ਪੂਰੇ ਪੰਜਾਬ ਦੀ ਇਨਫੋਰਮੇਸ਼ਨ ਤੇ ਐਨਲਿਸਿਸ ਹੁੰਦਾ ਉਸ ਦਫ਼ਤਰ ਤੇ ਜੇਕਰ ਅਟੈਕ ਹੁੰਦਾ ਤਾਂ ਖੁਦ ਡੀਜੀਪੀ ਵੀਕੇ ਪਾਵਰ ਐਸ ਨੂੰ ਚੈਲੰਜ ਮੰਨ ਰਹੀ ਸੀ ਕਿ ਚੈਲੰਜ ਉਹਨਾਂ ਨੇ ਦਿੱਤਾ ਪਰ ਗ੍ਰਫਤਾਰੀਆਂ ਹੋਈਆਂ ਗ੍ਰਫਤਾਰੀਆਂ ਵੱਡੇ ਪੱਧਰ ਤੇ ਕਿਵੇਂ ਹੋਈਆਂ ਪੁਲਿਸ ਮੋਡਸ ਆਫ ਆਪਰੇਂਟਿੰਗ ਨੇਚਰ ਆਫ ਕਰਾਇਮ ਦਾ ਜ਼ਿਕਰ ਅਕਸਰ ਕਰਦੀ ਹੈ ਕਿ ਕਰਾਇਮ ਦਾ ਤਰੀਕਾ ਕੀ ਸੀ ਪਰ ਇਸ ਤਰ੍ਹਾਂ ਦੇ ਕਰਾਇਮ ਅਕਸਰ ਪੰਜਾਬ ਦੇ ਵਿੱਚ ਨਹੀਂ ਹੁੰਦੇ ਕਦੇ-ਕਦੇ ਘਟਰਾਵਾ ਵਾਪਰਦੇ ਨੇ ਪਰ ਚਿੰਤਾਜਨਕ ਘਟਨਾਵਾਂ ਨੇ ਐਸੇ ਘਰ ਤੇ ਅਨਮੋਲ ਸਿੰਘ ਬਲਾਟੀ ਸਾਡੇ ਨਾਲ ਜੁੜ ਚੁੱਕੇ ਨੇ ਅਨਮੋਲ ਕੀ ਲੱਗਦਾ ਕਿੰਨੀਆਂ ਗ੍ਰਫਤਾਰੀਆਂ ਮੁੱਖ ਮੰਨੀਆਂ ਜਾਣ ਕੀ ਕੁਝ ਤਫਤੀਸ਼ ਦਾ ਦਾਇਰਾ ਹੈ ਜੀ ਬਿਲਕੁਲ ਕਿਸ਼ਨ ਦੇਖੋ ਜਿਸ ਤਰੀਕੇ ਨਾਲ ਤੁਸੀਂ ਵੀ ਹੁਣੇ ਕਿਹਾ ਕਿ ਇਹੋ ਜੇ ਅਕਸਰ ਇਹੋ ਜੇ ਅਟੈਕ ਜਿਹੜੇ ਕਿ ਪੰਜਾਬ ਦੇ ਵਿੱਚ ਵੇਖਣ ਨੂੰ ਨਹੀਂ ਮਿਲਦੇ ਲੇਕਿਨ ਕਾਫੀ ਜ਼ਿਆਦਾ ਪਲਾਨਡ ਏਅਰ ਅਟੈਕ ਕਿਹਾ ਜਾ ਸਕਦਾ ਕਿ ਚਲਦੀ ਗੱਡੀ ਵਿੱਚੋਂ ਇੱਕ ਆਰਪੀਜੀ ਨੂੰ ਫਾਇਰ ਕੀਤਾ ਗਿਆ ਸਭ ਤੋਂ ਵੱਡੀ ਗੱਲ ਇਹ ਆ ਕਿ ਆਰਪੀਜੀ ਨੂੰ ਅਸੈਂਬਲ ਕੀਤਾ ਗਿਆ ਕਿਉਂਕਿ ਰਾਕਟ ਲਾਂਚਰ ਸੀਗਾ ਉਹਨੂੰ ਪਹਿਲਾਂ ਅਸੈਂਬਲ ਕੀਤਾ ਗਿਆ ਉਹਨੂੰ ਮਾਊਂਟ ਕੀਤਾ ਗਿਆ ਤੇ ਕਿੰਨੇ ਕੋ ਵਧੀਆ ਟ੍ਰੇਨਡ ਇਹ ਲੋਕ ਸੀਗੇ ਜਿਨ੍ਹਾਂ ਨੇ ਅਟੈਕ ਕੀਤਾ ਅਟੈਕਰਸ ਕਿੰਨੇ ਕੋ ਵਧੀਆ ਉਹਨੂੰ ਟ੍ਰੇਨਿੰਗ ਦਿੱਤੀ ਗਈ ਸੀ ਕਿ ਚਲਦੀ ਗੱਡੀ ਵਿੱਚੋਂ ਇਹ ਅਟੈਕ ਕੀਤਾ ਗਿਆ ਹਾਲਾਂਕਿ ਇਸ ਤੋਂ ਬਾਅਦ ਵਿਰੋਧੀ ਧਿਰ ਨੂੰ ਕਾਫੀ ਮੌਕੇ ਮਿਲਦੇ ਨਜ਼ਰ ਆਏ ਸੱਤਾਧਿਰ ਨੂੰ ਘੇਰਨ ਦੇ ਲੇਕਿਨ ਹੁਣ ਸੱਤਾਧਿਰ ਦੀ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਵੀ ਇਸ ਮਸਲੇ ਦੇ ਉੱਤੇ ਕਾਫੀ ਜ਼ਿਆਦਾ ਸੰਜੀਦਗੀ ਦਿਖਾਈ ਜਾ ਰਹੀ ਹੈ ਕਿਹਾ ਜਾਵੇ ਪੰਜਾਬ ਪੁਲਿਸ ਵੱਲੋਂ ਵੀ ਜਿਹੜਾ ਕੀ ਹੈ ਥਾ-ਥਾ ਤੇ ਰੇਡਸ ਕੀਤੀ ਜਾ ਰਹੀਆਂ ਨੇ ਥਾ-ਥਾ ਚੈਕਿੰਗ ਕੀਤੀ ਜਾ ਰਹੀ ਹੈ ਉਸ ਚੈਕਿੰਗ ਦੇ ਵਿੱਚ ਹੀ ਜਿਹੜਾ ਕੀ ਹੈ ਰਾਕਟ ਲਾਂਚਰ ਵੀ ਬਰਾਮਦ ਹੋਇਆ ਸੀਗਾ ਜਿਹੜਾ ਕਿ ਜਿਹੜੇ ਸਾਈਟ ਤੋਂ ਇਹ ਮਹਿਜ਼ 1 ਕਿਲੋਮੀਟਰ ਦੀ ਦੂਰੀ ਤੇ ਖਾਲੀ ਪਲਾਟ ਦੇ ਵਿੱਚ ਬਰਾਮਦ इस तो अलावा गिरफ्तारियां भी लगातार हो रही हैं हालांकि पुलिस वालों ऑफिशिय नहीं दसा जा रहा कि गिरफ्तारियां हजे तक कर चुके हैं लेकिन कहा जाए कि पुलिस वालों काफी ज्यादा एक्शन इस मुद्दे दिखाया जा रहा है कारण भी है ਕਿ ਇਸ ਵਾਰ ਜਿਹੜਾ ਅਟੈਕ ਹੋਇਆ ਉਹ ਇੰਟੈਲੀਜੈਂਸ ਬਿਊਰੋ ਦੇ ਦਫਤਰ ਤੇ ਹੋਇਆ ਇੰਟੈਲੀਜੈਂਸ ਦੇ ਦਫਤਰ ਤੇ ਹੁਣ ਕਿਉਂਕਿ ਜਦੋਂ ਵੀ ਕੋਈ ਉਹ ਜਾ ਥ੍ਰੈਟ ਹੁੰਦਾ ਸੀਗਾ ਤਾਂ ਉਹਦੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਇੰਟੈਲੀਜੈਂਸ ਦੇ ਕੋਲ ਹੁੰਦੀ ਸੀਗੀ ਹੁਣ ਇੰਟੈਲੀਜੈਂਸ ਦੇ ਹੈੱਡਕੁਆਟਰ ਦੇ ਉੱਤੇ ਅਟੈਕ ਹੋਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਦਿੰਦਾ ਹੈ ਸੁਰੱਖਿਆ ਪ੍ਰਣਾਲੀ ਤੇ ਤੇ ਹੁਣ ਕਿਤਨਾ ਕਿਤੇ ਇੱਕ ਚੈਲੰਜ ਹੁਣ ਪੰਜਾਬ ਪੁਲਿਸ ਦੇ ਲਈ ਬਣ ਗਿਆ ਹੈ ਕਿ ਜਲਦ ਤੋਂ ਜਲਦ ਇਸ ਚੀਜ਼ ਦੇ ਉੱਤੇ ਜਿਹੜਾ ਕਿ ਕਾਬੂ ਪਾਇਆ ਜਾਏ ਕਿਉਂਕਿ ਕਿਤਨਾ ਕਿਤੇ ਵਿਰੋਧੀ ਧਰਨੂ ਵੀ ਮੌਕਾ ਮਿਲ ਗਿਆ ਤਾਂ ਦੂਜੇ ਪ ਹਾਲ ਬਣਦਾ ਹੈ ਜਦੋਂ ਇੰਟੈਲੀਜੈਂਸ ਦੇ ਹੈੱਡਕੁਆਰਟਰ ਦੇ ਉੱਤੇ ਹਮਲਾ ਹੋ ਜਾਂਦਾ ਤਾਂ ਸਭ ਤੋਂ ਪਹਿਲਾਂ ਕਿਹਾ ਜਾਵੇ ਕਿ ਜਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਤੋਂ ਪਹਿਲਾਂ ਵੀ ਕਿਉਂਕਿ ਬੋੜੇਲ ਜੇਲ੍ਹ ਦੇ ਨੇੜੇ ਜਿਹੜਾ ਕਿ ਐਕਸਪਲੋਸਿਵ ਬਰਾਮਦ ਹੋਈ ਸੀ ਕਿ ਕਰਨਾਲ ਦੇ ਵਿੱਚ ਕੁਝ ਅਤੰਕਵਾਦੀ ਫੜੇ ਗਏ ਸੀਗੇ को अपना फरीदकोट ਦੇ ਵਿੱਚ ਇੱਕ ਜਿਹੜਾ ਕਿ ਆਤਵਾਦੀ ਫੜਿਆ ਗਿਆ ਸੀਗਾ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਉਹ ਸਲੀਪਰ ਸੈਲ ਸੀਗਾ ਤੇ तमाम ਚੀਜ਼ਾਂ ਕਿਤਨਾ ਕਿਤੇ ਤਾਰਾ ਜੁੜਦੀਆਂ ਪਾਕਿਸਤਾਨ ਦੇ ਵਿੱਚ ਕਿਹਾ ਜਾ ਰਿਹਾ ਪੁਲਿਸ ਵੱਲੋਂ ਕਿਉਂਕਿ ਪਾਕਿਸਤਾਨ ਤੋਂ ਹਰਵਿੰਦਰ ਸਿੰਘ ਉਰਫ ਰਿੰਦਾ ਜਿਹੜਾ ਕੀ ਹੈ ਉਹ ਪੂਰਾ ਆਪਰੇਟ ਕਰ ਰਿਹਾ ਕਿਤਨਾ ਕਿਤੇ ਕੋਸ਼ਿਸ਼ ਕਰ ਰਿਹਾ ਕਿ ਮਾਹੌਲ ਖਰਾਬ ਕੀਤਾ ਜਾਵੇ ਇਹ ਜ਼ਰੂਰ ਸਮਝਣ ਚਾਹੀਦਾ ਤਾਂ ਹੁਣ ਇਹਨਾਂ तमाम ਚੀਜ਼ਾਂ ਨੂੰ ਕਿਉਂਕਿ ਪਾਕਿਸਤਾਨ ਬਾਰਡਰ ਪਾਰ ਤੋਂ ਜਿਹੜੇ ਨਾਪਾਕ ਇਰਾਦੇ ਨੇ ਉਹ ਨਾਪਾਕ ਇਰਾਦਿਆਂ ਨੂੰ ਕਿਸ ਤਰੀਕੇ ਨਾਲ ਨਸਤੇ ਨਬੂਤ ਕੀਤਾ ਜਾਵੇ ਉਹਦੇ ਲਈ ਪੰਜਾਬ ਪੁਲਿਸ ਪੂਰੀ ਪੂਰੀ ਆਪਣੀ ਕੋਸ਼ਿਸ਼ ਕਰ ਰਹੀ ਹੈ ਬਰਾ ਜ਼ੋਰ ਆਪਣੀ ਲਾਉਂਦੇ ਹੋਈ ਨਜ਼ਰ ਆ ਰਹੀ ਹੈ ਬਹੁਤ ਸ਼ੁਕਰੀਆ ਅਨਮੋਲ ਜਾਣਕਾਰੀ ਦੀ ਸਨਸਰਨਲ ਪੌਂਡ ਲਈ ਸੋ ਨਿਸ਼ਾਨਨਾਹ ਦਾ ਨੌਜਵਾਨ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਤਨਤਨ ਤੂ ਹੋਰ ਇਸ ਨੌਜਵਾਨ ਦੀ ਨਿਸ਼ਾਨਦੇਹੀ ਤੇ ਕਿੱਥੇ ਰੇਡਸ ਹੋ ਰਹੀਆਂ ਨੇ ਪੁਲਿਸ ਵੇਖੋ ਵੀ ਦੱਸ ਸਕਦੀ ਹੈ